अज दी इस वीडियो राही असी 8 जुलाई 2020 दा जो नौमी श्रेणी दा कम आया वो करांगे। अज गुरु नानक देव जी अते समकाली समाज दे क्वेश्चन आंसर आए हैं। पहला, गुरु नानक देव जी दे जीजा दा नां की सी? गुरु नानक देव जी दे जीजा जय राम सन। गुरु नानक देव जी दी वड्डी भैन सी बेबे नानकी, जो कि सुल्तानपुर लोधी जो कि जलंधर दे कोल है, उत्थे जय राम नाल उन्हां दा ब्याह होया सी। ते असी पढ़िया भी है कि जदों गुरु नानक देव जी दे पिता ने उन्हां नूं संसारक कम्मां विच पाउण दी कोशिश कीती सी, तां उन्हां दा गुरु नानक देव जी दा संसारक कम्मां दे विच दिल नहीं लग्या सी, जिस करके अके होए उन्हां दे पिता ने गुरु नानक देव जी नूं उन्हां दी वड्डी भैन बेबे नानकी दे कोल भेज दिता सी। उत्थे उन्हां दे जीजा जय राम ने उस समय जो दौलत खां लोधी दा मोदी खाना सी, उत्थे उन्हां नूं भंडारी भाव चीज़ां नूं जोखण ते चीज़ां दा वेट करन दे कम ते नौकरी दवाई सी। ਤਾਂ ਗੁਰੂ ਨਾਨਕ ਦੇਵ ਜੀ ਦਾ ਜੀਜੇ ਦਾ ਨਾਂ ਜੈ ਰਾਮ ਸੀ। ਸ਼੍ਰੀ ਚੰਦ ਅਤੇ ਲਖਮੀ ਚੰਦ ਤਾਂ ਗੁਰੂ ਨਾਨਕ ਦੇਵ ਜੀ ਦੇ ਦੋ ਸਪੁੱਤਰ ਸਨ। ਸ਼੍ਰੀ ਚੰਦ ਅਤੇ ਲਖਮੀ ਚੰਦ ਤਾਂ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਸ ਮਹੀਨੇ ਮਨਾਇਆ ਜਾਂਦਾ ਹੈ? ਗੁਰੂ ਨਾਨਕ ਦੇਵ ਜੀ ਦਾ ਜਨਮ ਆਮ ਤੌਰ 'ਤੇ ਤਾਂ ਜੋ ਗੱਲ ਹੈ, ਉਹਨਾਂ ਦਾ ਜਨਮ ਹੋਇਆ ਸੀ 15 ਅਪ੍ਰੈਲ 1469 ਈਸਵੀ ਨੂੰ। ਪਰ ਗੁਰੂ ਨਾਨਕ ਦੇਵ ਜੀ ਦਾ ਜਨਮ ਦੇਸੀ ਮਹੀਨੇ ਦੇ ਹਿਸਾਬ ਨਾਲ ਕੱਤਕ ਦੀ ਪੂਰਨਮਾਸੀ ਨੂੰ ਮਨਾਇਆ ਜਾਂਦਾ ਹੈ, ਜੋ ਕਿ ਅਕਤੂਬਰ ਨਵੰਬਰ ਦੇ ਮਹੀਨੇ ਵਿੱਚ ਆਉਂਦੀ ਹੈ। ਤਾਂ ਉਹਨਾਂ ਦਾ ਜਨਮ ਦੇਸੀ ਮਹੀਨੇ ਦੇ ਹਿਸਾਬ ਨਾਲ ਕੱਤਕ ਦੀ ਪੂਰਨਮਾਸੀ ਨੂੰ ਮਨਾਇਆ ਜਾਂਦਾ ਹੈ, ਜੋ ਕਿ ਅਕਤੂਬਰ ਨਵੰਬਰ ਦੇ ਮਹੀਨੇ ਵਿੱਚ ਆਉਂਦੀ ਹੈ। ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਸਮੇਂ ਕਿੱਥੇ ਕਿੱਥੇ ਗਏ? ਤਾਂ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਦੇ ਸਮੇਂ ਕੁਰੂਕਸ਼ੇਤਰ, ਪਾਣੀਪਤ, ਦਿੱਲੀ ਸਾਰੇ ਕਿਤੇ ਗਏ ਸਨ, ਉਪਰੋਕਤ ਸਾਰੇ। ਗੁਰੂ ਨਾਨਕ ਦੇਵ ਜੋ ਤਲਵੰਡੀ ਸਾਡੇ ਵਰਤਮਾਨ ਪੰਜਾਬ ਵਿੱਚ ਤਲਵੰਡੀ ਸਾਬੋ ਵੀ ਕਿਹਾ ਜਾਂਦਾ ਹੈ, ਉਹ ਤਲਵੰਡੀ ਨਹੀਂ, ਇਹ ਰਾਏ ਭੋਏ ਦੀ ਤਲਵੰਡੀ ਪਾਕਿਸਤਾਨ ਦੇ ਵਿੱਚ, ਭਾਵ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ 1499 ਈਸਵੀ ਵਿੱਚ ਸ਼ੁਰੂ ਕੀਤੀ ਸੀ, ਅਤੇ 1510 ਵਿੱਚ ਇਹ ਆਪਣੇ ਪਿੰਡ ਤਲਵੰਡੀ, ਜੋ ਕਿ ਅੱਜ ਨਨਕਾਣਾ ਸਾਹਿਬ ਹੈ, ਉੱਥੇ ਵਾਪਸ ਆਏ ਸਨ 1510 ਦੇ ਵਿੱਚ। ਬਾਬਰ ਕਾਬੁਲ ਤੋਂ ਆਇਆ ਸੀ, ਜੋ ਕਿ ਵਰਤਮਾਨ ਅਫਗਾਨਿਸਤਾਨ ਦੀ ਰਾਜਧਾਨੀ ਹੈ, ਵਿੱਚ ਕਈ ਨਗਰਾਂ ਵਿੱਚ ਅਦਾਲਤਾਂ ਦੀ ਸਥਾਪਨਾ ਕੀਤੀ ਗਈ। ਲੋਧੀ ਕਾਲ ਸਮੇਂ ਕਈ ਨਗਰਾਂ ਵਿੱਚ ਅਦਾਲਤਾਂ ਦੀ ਸਥਾਪਨਾ ਕੀਤੀ ਗਈ ਸੀ, ਤਾਂ ਜੋ ਲੋਕਾਂ ਨੂੰ ਨਿਆਂ ਮਿਲ ਸਕੇ। ਬਾਬਰ ਦੀ ਆਤਮਕਥਾ ਤੁਜ਼ਕੇ ਬਾਬਰੀ ਹੈ ਜੋ ਕਿ ਤੁਰਕੀ ਭਾਸ਼ਾ ਦੇ ਵਿੱਚ ਲਿਖੀ ਹੋਈ ਹੈ। ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਪੇਸ਼ੇ ਤੋਂ ਪਟਵਾਰੀ ਸਨ, ਲੇਖਾਕਾਰ ਪਟਵਾਰੀ ਸਨ। ਸਹੀ ਜਾਂ ਗਲਤ, ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਨਾਂ ਤ੍ਰਿਪਤਾ ਸੀ? ਗਲਤ ਹੈ। ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਮ ਤ੍ਰਿਪਤਾ ਸੀ, ਪਿਤਾ ਦਾ ਨਾਂ ਮਹਿਤਾ ਕਾਲੂ ਅਤੇ ਵੱਡੀ ਭੈਣ ਦਾ ਨਾਮ ਬੇਬੇ ਨਾਨਕੀ ਸੀ, ਤਾਂ ਕਰਕੇ ਇਹ ਗਲਤ ਹੈ। ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਨਾਂ ਤਾਂ ਸੁਲੱਖਣੀ ਸੀ, ਬੀਬੀ ਸੁਲੱਖਣੀ ਸੀ, ਜੋ ਕਿ ਜ਼ਿਲ੍ਹਾ ਗੁਰਦਾਸਪੁਰ ਬਟਾਲਾ ਦੇ ਰਹਿਣ ਵਾਲੀ ਸੀ। ਇਹ ਗਲਤ ਹੈ। ਗੁਰੂ ਨਾਨਕ ਦੇਵ ਜੀ ਦੇ ਦੋ ਪੁੱਤਰ ਸਨ, ਇਹ ਬਿਲਕੁਲ ਸਹੀ ਹੈ। ਗੁਰੂ ਨਾਨਕ ਦੇਵ ਜੀ ਦਾ ਵਿਆਹ ਪਟਨਾ ਵਿਖੇ ਹੋਇਆ। ਪਟਨਾ ਦੇ ਨਾਲ ਸਿੱਖ ਇਤਿਹਾਸ ਦਾ ਸੰਬੰਧ ਹੈ। ਪਟਨਾ ਵਿੱਚ ਸਾਡੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ, ਨਾ ਕਿ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ। ਗੁਰੂ ਨਾਨਕ ਦੇਵ ਜੀ ਦਾ ਵਿਆਹ ਤਾਂ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿਖੇ ਹੋਇਆ ਸੀ, ਇਹ ਵੀ ਗਲਤ ਹੈ। ਬਾਬਰ ਸਮੇਂ ਰਾਜ ਦੀ ਭਾਸ਼ਾ
ਫਾਰਸੀ ਸੀ। ਇਹ ਬਿਲਕੁਲ ਸਹੀ ਹੈ। ਇਸ ਤਰ੍ਹਾਂ ਅਸੀਂ ਅੱਜ ਇਸ ਸਲਾਈਡ ਦੇ ਕੁਸ਼ਚਨ ਆਨਸਰ ਕੀਤੇ ਹਨ। ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਹੀ ਮਾਧਿਅਮਾਂ ਵਿੱਚ ਵੀ ਲਿਖੇ ਹੋਏ ਹਨ ਤਾਂ ਜੋ ਵਿਦਿਆਰਥੀ ਆਪਣਾ ਆਪਣਾ ਕੰਮ ਕਰ ਸਕਣ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਸ਼ੇਅਰ ਕਰੋ ਤਾਂ ਜੋ ਉਹਨਾਂ ਦਾ ਫਾਇਦਾ ਹੋ ਸਕੇ। ਧੰਨਵਾਦ।